ਇਸ ਸਕੂਲ ਦੇ ਬੱਚੇ ਸਕੂਲ ਦੀਆਂ ਕਲਾਸਾਂ ਦੀ ਥਾਂ ਮੰਦਿਰ ਦੇ ਵਿੱਚ ਬੈਠ ਕੇ ਪੜ੍ਹਨ ਨੂੰ ਮਜਬੂਰ ਨੇ, ਕਿਉਂਕਿ ਭਾਰੀ ਬਰਸਾਤ ਤੋਂ ਬਾਅਦ ਇਸ ਸਕੂਲ ਦੇ ਵਿੱਚ ਗੋਡੇ ਗੋਡੇ ਪਾਣੀ ਭਰ ਗਿਆ, ਜਿਸ ਕਾਰਨ ਬੱਚੇ ਇਸ ਸਕੂਲ ਦੇ ਵਿੱਚ ਬੈਠ ਕੇ ਨਹੀਂ ਪੜ੍ਹ ਸਕਦੇ। ਹਰ ਸਾਲ ਇੱਥੇ ਬਰਸਾਤਾਂ ਤੋਂ ਬਾਅਦ ਇਹੋ ਹਾਲ ਹੁੰਦਾ ਹੈ, ਜਿਸ ਕਾਰਨ ਅਧਿਆਪਕਾਂ ਸਣੇ ਬੱਚੇ ਵੀ ਪਰੇਸ਼ਾਨ ਹੁੰਦੇ ਨੇ ਤੇ ਇਸ ਵਾਰ ਵੀ ਭਾਰੀ ਬਰਸਾਤ ਤੋਂ ਬਾਅਦ ਸਕੂਲ ਦੇ ਵਿੱਚ ਗੋਡੇ ਗੋਡੇ ਪਾਣੀ ਭਰ ਗਿਆ। ਇਸ ਮੌਕੇ ਅਧਿਆਪਕਾਂ ਨੇ ਪ੍ਰਸ਼ਾਸਨ ਤੇ ਵੱਡੇ ਇਲਜ਼ਾਮ ਵੀ ਲਗਾਏ ਨੇ ਤੇ ਕਿਹਾ ਕਿ ਪ੍ਰਸ਼ਾਸਨ ਨੂੰ ਕਈ ਵਾਰ ਇਸ ਦੀ ਸ਼ਿਕਾਇਤ ਕੀਤੀ ਪਰ ਇਸ ਮਸਲੇ ਦਾ ਕੋਈ ਹੱਲ ਨਹੀਂ ਹੋਇਆ। ਇਹ ਤਸਵੀਰਾਂ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆ ਦੇ ਅਧੀਨ ਆਉਂਦੇ ਪਿੰਡ ਚੱਕ ਪੰਡਾਇਣ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀਆਂ ਨੇ, ਜਿੱਥੇ ਮੀਂਹ ਦੇ ਪਾਣੀ ਕਾਰਨ ਸਾਰਾ ਸਕੂਲ ਪਾਣੀ ਦੇ ਵਿੱਚ ਡੁੱਬ ਗਿਆ। ਜਾਣਕਾਰੀ ਦਿੰਦੇ ਹੋਏ ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਪਿਛਲੇ 3 ਸਾਲ ਤੋਂ ਇਸੇ ਤਰ੍ਹਾਂ ਹੀ ਮੀਂਹ ਤੋਂ ਬਾਅਦ ਸਕੂਲ ਦੇ ਵਿੱਚ ਪਿੰਡ ਦਾ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਸਕੂਲ ਦੇ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ। ਉਹਨਾਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਰਸਾਤ ਦੇ ਵਿੱਚ ਸਕੂਲ ਦੇ ਵਿੱਚ ਪਾਣੀ ਆਉਣ ਦੇ ਨਾਲ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਬੁਰਾ ਅਸਰ ਪੈ ਰਿਹਾ, ਜਿਸ ਕਾਰਨ ਉਹਨਾਂ ਨੂੰ ਕੁਝ ਬੱਚਿਆਂ ਦੀ ਛੁੱਟੀ ਕਰਨੀ ਪੈਂਦੀ ਹੈ ਤੇ ਕੁਝ ਬੱਚਿਆਂ ਨੂੰ ਸਕੂਲ ਦੇ ਨਾਲ ਬਣੇ ਮੰਦਿਰ ਦੇ ਵਿੱਚ ਸਰਾਹਾਂ 'ਚ ਪੜਾਉਣਾ ਪੈਂਦਾ, ਕਿਉਂਕਿ ਸਕੂਲ ਦੇ ਸਾਰੇ ਕਮਰੇ ਅਤੇ ਕੁਰਸੀਆਂ ਟੇਬਲ ਪਾਣੀ ਦੇ ਵਿੱਚ ਡੁੱਬ ਜਾਂਦੇ ਨੇ। ਇਹ ਵੀ ਦੱਸਿਆ ਕਿ ਪਿੰਡ ਦਾ ਸਾਰਾ ਗੰਦਾ ਪਾਣੀ ਸਕੂਲ ਦੇ ਵਿੱਚ ਆ ਜਾਂਦਾ ਹੈ, ਜਿਸ ਕਾਰਨ ਬਰਸਾਤ ਦੇ ਮੌਸਮ ਦੇ ਵਿੱਚ ਡੇਂਗੂ ਵਰਗੀਆਂ ਬਿਮਾਰੀਆਂ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਨੇ ਕਿਹਾ ਕਿ ਇਸ ਵਾਰ ਪ੍ਰਸ਼ਾਸਨ ਅਤੇ ਪਿੰਡ ਦੀ ਪੰਚਾਇਤ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਜਾ ਚੁੱਕਾ ਹੈ, ਪਰ ਇਸਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ। ਸਕੂਲ ਦੇ ਅਧਿਆਪਕਾਂ ਦੇ ਨਾਲ ਬੱਚਿਆਂ ਦੇ ਮਾਪਿਆਂ ਨੇ ਵੀ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ, ਇਸ ਲਈ ਉਹਨਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਾਸ ਅਪੀਲ ਕੀਤੀ ਹੈ ਕਿ ਸਕੂਲ ਦੀ ਇਮਾਰਤ ਨੂੰ ਦੁਬਾਰਾ ਉੱਚਾ ਕਰਕੇ ਬਣਾਇਆ ਜਾਵੇ। ਸਰ, ਇਹ ਸਾਡਾ ਸਕੂਲ ਜਿਹੜਾ ਹੈਗਾ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਬਣਿਆਣਾ ਬਲਾਕ ਤਲਵਾੜਾ ਦੇ ਵਿੱਚ ਆਪਣਾ ਸਕੂਲ ਹੈਗਾ, ਪ੍ਰਾਇਮਰੀ ਸਕੂਲ ਹੈ। ਇਹਦੇ ਵਿੱਚ ਨਰਸਰੀ ਤੋਂ ਲੈ ਕੇ ਅਤੇ 5th ਕਲਾਸ ਹੈਗਾ ਆਪਣੇ ਬੱਚੇ ਪੜ੍ਹਦੇ ਨੇ, 47 ਸਾਡੇ ਕੋਲ ਬੱਚੇ ਨੇ। ਅਤੇ ਇਹ 2-3 ਸਾਲ ਤੋਂ ਪ੍ਰੋਬਲਮ ਚੱਲਦੀ ਪਈ ਹੈ, ਜਦੋਂ ਵੀ ਬਾਰਿਸ਼ ਹੁੰਦੀ ਸਾਰੇ ਪਿੰਡ ਦਾ ਜਿਹੜਾ ਪਾਣੀ ਹੈਗਾ ਉਹ ਸਾਡੇ ਸਕੂਲ ਦੇ ਵਿੱਚ ਐਂਟਰ ਕਰਦਾ ਹੈਗਾ। ਫਿਰ ਇਹ ਪਾਣੀ ਜਿਸ ਬਿੱਲ ਤੱਕ ਪਾਣੀ ਪਿੱਛੇ ਤੇ ਆਉਂਦਾ ਹੈਗਾ, ਖਤਮ ਨਹੀਂ ਹੁੰਦਾ, ਸਾਡੇ ਸਕੂਲ ਦੇ ਵਿੱਚ ਆ ਕੇ ਨੀਹਾਂ ਦੇ ਵਿੱਚ ਜਾਂਦਾ ਹੈਗਾ। ਕਿਸ ਵੇਲੇ ਵੀ ਸਾਨੂੰ ਇਹ ਖਤਰਾ ਹੈਗਾ, ਬਿਲਡਿੰਗ ਗਿਰ ਸਕਦੀ ਹੈ, ਕੁਛ ਵੀ ਹੋ ਸਕਦਾ ਹੈਗਾ। ਇਹ ਤਾਂ ਫਿਰ ਬੱਚੇ ਕਿਸ ਤਰ੍ਹਾਂ, ਸਰ, ਜਦੋਂ ਮੈਂ ਦੇਖਿਆ ਸਰਾਂ ਦੇ ਵਿੱਚ ਪੜਾ ਰਹੇ ਹੋ ਤਾਂ ਫਿਰ ਬੱਚੇ ਜਦੋਂ ਪਾਣੀ ਆ ਜਾਂਦਾ ਫਿਰ ਸਰਾਂ ਦੇ ਵਿੱਚ ਪੜਾਉਣੇ ਪੈਂਦੇ? ਸਰ, ਬੱਚੇ ਫਿਰ ਸਾਨੂੰ ਨਾਲ ਦੇ ਮੰਦਿਰ ਹੈ, ਮੰਦਿਰ ਦੇ ਵਿੱਚ ਸਾਨੂੰ ਉੱਥੇ ਇੱਕ ਸ਼ਿਫਟ ਕਰਨੇ ਪੈਂਦੇ ਆ ਜੀ। ਹਾਂਜੀ, ਅਤੇ ਸਕੂਲ ਦਾ ਜਿਹੜਾ ਪਿੰਡ ਦੇ ਕੋਈ ਪੰਚਾਇਤ ਜਾਂ ਉਹਨਾਂ ਨਾਲ ਗੱਲਬਾਤ ਕੀਤੀ ਹੋਵੇ ਤਾਂ ਉਹਨਾਂ ਨੇ? ਬਿਲਕੁਲ ਸਰ, ਉਹਨਾਂ ਨੂੰ ਵੀ ਬਹੁਤ ਵਾਰੀ ਕਹਿ ਚੁੱਕੇ ਹਾਂ, ਉਹ ਕਹਿੰਦੇ ਕਿ ਸਾਡੇ ਬੱਸ ਦਾ ਨਹੀਂ ਆ ਹੁਣ ਇਹ, ਅਤੇ ਬਹੁਤ ਮੁਸ਼ਕਲ। BDPO ਸਾਹਿਬ ਦੇ ਮੈਂ 3-4 ਦਿਨ ਪਹਿਲਾਂ ਗਿਆ ਸੀਗਾ ਜੀ, ਉੱਥੇ ਵੀ ਐਪਲੀਕੇਸ਼ਨ ਦਿੱਤੀ ਹੈ ਵੀ ਸਾਡਾ ਕੋਈ ਹੱਲ ਕਰੋ ਜੀ, ਹੈ ਨਾ, ਪਾਣੀ ਦਾ ਨਿਕਾਸ ਕਰੋ। ਅਤੇ ਤੁਹਾਡੇ ਸਕੂਲ ਦੇ ਨਾ ਆ ਰਹੇ ਤੁਹਾਡੇ ਪਿੰਡ ਦੇ ਲੋਕਾਂ ਨਾਲ ਵੀ ਸਾਡੀ ਗੱਲਬਾਤ ਹੋਈ? ਹਾਂਜੀ, ਉਹ ਕਹਿੰਦੇ ਸਕੂਲ ਤਾਂ ਬਹੁਤ ਵਧੀਆ, ਅਧਿਆਪਕ ਵੀ ਵਧੀਆ ਨੇ, ਪਰ ਸਕੂਲ ਦੇ ਜਿਹੜੇ ਹਾਲਾਤ ਨੇ ਉਹ ਬੜੇ ਬਦਤਰ ਤੋਂ ਬਦਤਰ ਨੇ, ਜੇ ਇਸ ਤਰ੍ਹਾਂ ਹੀ ਰਿਹਾ ਤਾਂ ਸਾਨੂੰ ਬੱਚੇ ਵੀ ਹਟਾਉਣੇ ਪੈਣਗੇ ਆਉਣ ਵਾਲੇ ਸਮੇਂ। ਬਹੁਤ ਮੁਸ਼ਕਲ ਹੈ ਜੀ, ਤਾਂ ਪਿੰਡ ਦੇ ਲੋਕ ਕਹਿੰਦੇ ਵੀ ਆਪਾਂ ਇਹ ਸਕੂਲ ਦੇ ਵਿੱਚ ਕਿਉਂ ਭੇਜਣੇ ਬੱਚੇ, ਕਿਸੇ ਵੇਲੇ ਵੀ ਖਤਰਾ ਹੋ ਸਕਦਾ ਹੈਗਾ, ਅਤੇ ਸਾਨੂੰ ਆਪਣੀ ਸਟਰੈਂਥ, ਬੱਚੇ ਦੀ ਸਟਰੈਂਥ ਘਟਣ ਦਾ ਖਤਰਾ ਜੀ। ਹਾਂਜੀ, ਅਤੇ ਕੋਈ ਆਇਆ ਉੱਦਾਂ ਤੁਸੀਂ ਕਿਸੇ ਨੂੰ ਸ਼ਿਕਾਇਤ ਜਦੋਂ ਕੀਤੀ ਜਾਂ ਕਿਸੇ ਨੂੰ ਦੱਸਿਆ ਤਾਂ ਕੋਈ ਇੱਥੇ ਦੇਖ ਰੇਖ ਕਰਨ ਵਾਸਤੇ ਕੋਈ ਆਇਆ ਹੋਵੇ ਜਾਂ ਕਿਸੇ ਨੇ ਕੋਈ? ਜੀ, BDPO ਸਾਹਿਬ ਆਏ ਸੀਗੇ, ਉਹਨਾਂ ਨੂੰ ਦੱਸਿਆ ਸੀਗਾ, ਕਹਿੰਦੇ ਕੋਈ ਨਹੀਂ ਤਾਂ ਹੱਲ ਕਰਦੇ ਹਾਂ ਵੀ ਪਾਣੀ ਦਾ ਨਿਕਾਸ ਦਾ ਫਿਲਹਾਲ ਕਰਦੇ ਹਾਂਗੇ, ਉਹ ਕੋਈ ਹੱਲ ਨਹੀਂ ਜੀ ਹੋਇਆ। ਅਤੇ ਸਰ, ਇਹ ਜਿਹੜਾ ਇੱਕ ਸਵਾਲ ਕਰਾਂਗਾ, ਪੂਰੇ ਪਿੰਡ ਦਾ ਪਾਣੀ ਹੈ, ਪਿਛਲੀਆਂ ਦੀਵਾਰਾਂ ਤੁਹਾਡੀ ਤਸਵੀਰ ਦੇਖੀ ਮੈਂ ਪਿੱਛੇ, ਉਹ ਪਿੱਛੇ ਆ ਜਾਂਦਾ ਪਾਣੀ ਜ਼ਿਆਦਾ? ਹਾਂਜੀ ਸਰ, ਪਿੰਡ ਦਾ ਪੂਰੇ ਪਿੰਡ ਦਾ ਪਾਣੀ ਪਿੱਛੇ ਆਉਂਦਾ ਮੇਰੇ ਸਕੂਲ ਦੇ,
ਉਹ ਨੀਹਾਂ ਦੇ ਵਿੱਚ ਦੀ ਨਿਕਲ ਕੇ ਆਉਂਦਾ ਜੀ। ਅੱਛਾ ਜੀ। ਅਸੀਂ ਮਿੱਟੀ ਵੀ 10-15 ਟਰੈਲੀਆਂ ਸਟਾਈਆਂ ਹਨ, ਪਰ ਫਿਰ ਵੀ ਪਾਣੀ ਸਾਰੇ ਪਿੰਡ ਦਾ ਨਿਕਾਸ ਹੀ ਸਾਡੇ ਸਕੂਲ ਦੇ ਪਿੱਛੇ ਦੀ ਹੈ ਔਰ ਸਕੂਲ ਦੇ ਵਿੱਚ ਐਂਟਰ ਕਰਦਾ ਜੀ। ਅਤੇ ਕੀ ਕਹਿੰਦੇ ਨੇ ਫਿਰ ਜਿੱਦਾਂ ਹੁਣ ਇਹਦਾ ਬਿਮਾਰੀਆਂ ਲੱਗਣ ਦਾ ਬਹੁਤ ਜ਼ਿਆਦਾ ਡਰ ਮੇਰੇ ਹਿਸਾਬ ਦੇ ਨਾਲ। ਹਾਂਜੀ ਸਰ, ਬਾਰਿਸ਼ ਹੁੰਦੀ ਰਹੀ ਤਾਂ ਜਾਂ ਪਾਣੀ ਆਉਂਦਾ ਰਿਹਾ? ਹਾਂਜੀ ਸਰ, ਸਾਡਾ ਜਿਹੜਾ ਪਾਣੀ ਆ ਉਹ ਨੀਂਹ ਪੀਣ ਯੋਗ ਨਿਕਲਿਆ ਜੀ, ਉਹ ਟੈਸਟਿੰਗ ਹੋਈ ਆ, ਪੀਲੇ ਬੈਕਟੀਰੀਆ ਔਰ ਵਾਈਟ ਬੈਕਟੀਰੀਆ ਨਿਕਲੇ ਆ। ਆਪਾਂ ਪਾਣੀ ਲੈ ਕੇ ਆਉਂਦੇ ਜੀ ਪਿੰਡ ਤੋਂ, ਆਪਣੇ ਵਾਟਰ ਸਪਲਾਈ ਤੋਂ। ਹਾਂਜੀ, ਬੱਚਿਆਂ ਨੂੰ ਪੀਣ ਵਾਸਤੇ ਮਿਡ ਡੇ ਮੀਲ ਦਾ ਵੀ ਮੇਰੇ ਮਿਡ ਡੇ ਮੀਲ ਦਾ ਵੀ ਦੇਖੀ ਤੁਹਾਡੀ ਮੈਂ, ਤੇ ਉਹ ਕਿਸ ਤਰ੍ਹਾਂ ਫਿਰ ਮਿਡ ਡੇ ਮੀਲ ਤਿਆਰ ਹੁੰਦਾ ਹੈ? ਹਾਂਜੀ ਹਾਂਜੀ, ਬਜ਼ੁਰਗ ਕਰਦੇ ਆ ਜੀ ਉਹ ਮਿਡ ਡੇ ਮੀਲ ਕੁੱਕ ਵਰਕ, ਜਿਹੜੇ ਹੈਗੇ ਨੇ ਬਹੁਤ ਔਖਾ, ਉਹਨਾਂ ਰੋਟੀ ਪਕਾਉਣਾ ਵੀ ਬਹੁਤ ਔਖਾ ਵਾ। ਪੂਰੇ ਸਕੂਲ ਦੇ ਬੱਚਿਆਂ ਨੂੰ ਵੀ ਟੀਚਰਾਂ ਨੂੰ ਬੜੀ ਦਿੱਕਤ ਹੈ? ਬਿਲਕੁਲ ਜੀ, ਬਹੁਤ ਜ਼ਿਆਦਾ ਟੈਨਸ਼ਨ, ਰਾਤ ਨੂੰ ਬਾਰਿਸ਼ ਹੁੰਦੀ ਹੈ, ਟੈਨਸ਼ਨ ਇਹੀ ਹੁੰਦੀ ਕਿ ਸਕੂਲ ਸਾਡਾ ਡੁੱਬ ਜਾਣਾ ਜੀ। ਮੁੱਖ ਮੰਤਰੀ ਸਾਹਿਬ ਇਸ ਵੇਲੇ ਪੰਜਾਬ ਸਰਕਾਰ ਬਹੁਤ ਧਿਆਨ ਦੇ ਰਹੀ ਸਕੂਲਾਂ ਵੱਲ, ਤਾਂ ਉਹਨਾਂ ਨੂੰ ਕੀ ਮੰਗ ਕਰਨੀ ਚਾਹੁੰਦੇ ਹੋ, ਕੀ ਮੰਗ ਰੱਖਣੀ ਚਾਹੁੰਦੇ? ਅਸੀਂ ਸਰ ਮੰਗ ਇਹੀ ਰੱਖਣਾ ਚਾਹੁੰਦੇ ਵੀ ਸਾਡੇ ਸਕੂਲ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਏ, ਕਿ ਸਾਡੇ ਬੱਚੇ ਜਿਹੜੇ ਨੇ ਉਹ ਸਟਰੈਂਥ ਨਾਲ ਸਾਡੀ ਘਟੇ, ਕਿ ਬੱਚੇ ਨਾ ਅੱਗੇ ਪਿੱਛੇ ਚਲੇ ਜਾਣ, ਪ੍ਰਾਈਵੇਟ ਸਕੂਲਾਂ 'ਚ ਨਾ ਚਲੇ ਜਾਣ। ਅਤੇ ਸਾਡੀ ਇਹੀ ਮੰਗ ਹੈ ਵੀ ਸਾਡੀ ਬਿਲਡਿੰਗ ਜਾਂ ਤਾਂ ਨਵੀਂ ਬਣਾਈ ਜਾਏ ਉੱਚੀ ਕਰਕੇ, ਇਹਦਾ ਹੱਲ ਹੀ ਹੋਈ। ਸਰ ਮੰਦਰ ਵਿੱਚ ਬਿਠਾ ਕੇ ਪੜਾ ਦੇਈਦਾ ਬੱਚਿਆਂ ਨੂੰ, ਹੋਰ ਤਾਂ ਕੋਈ ਜ਼ਰੀਆ ਹੈ ਨਹੀਂ ਸਾਡੇ ਕੋਲ, ਕਿਉਂਕਿ ਸਾਰੀ ਕਲਾਸਿਸ ਭਰੀ ਹੋਈ ਹੈ ਪਾਣੀ ਨਾਲ, ਰੂਮ ਸਾਰੇ, ਕਿਚਨ ਵੀ ਸਾਡੀ ਪਾਣੀ ਨਾਲ ਫਿੱਲ ਹੋਈ ਹੈ, ਪੂਰੀ ਬੰਦ ਖਤਮ ਹੈ। ਤਾਂ ਸਾਡਾ ਜਿਹੜਾ ਕਿਚਨ ਗਾਰਡਨ ਹੈ ਉਹ ਵੀ ਸਾਡਾ ਸਾਰਾ ਖਰਾਬ ਹੋ ਗਿਆ, ਤਾਂ ਬੱਚਿਆਂ ਨੂੰ ਜਿੱਦਾਂ ਕਿੱਦਾਂ ਪੜਾ ਦੇਈਦਾ ਉੱਥੇ ਆਪਣੇ? ਤੇ ਫਿਰ ਬੱਚੇ ਮੈਡਮ ਜੀ ਤਾਂ ਇੱਕ ਦਿਨ ਦੀ ਤਾਂ ਗੱਲ ਹੈ ਨਹੀਂ, ਕਿਉਂਕਿ ਪਿੱਛੋਂ ਵੀ ਪਾਣੀ ਸਾਰਾ ਅੰਦਰ ਆ ਰਿਹਾ ਹੈ ਨਾ, ਪੂਰੇ ਪਿੰਡ ਦਾ ਪਾਣੀ, ਗੰਦਗੀ ਇੱਥੇ ਆ ਰਹੀ ਹੈ। ਤੇ ਬੱਚੇ ਛੋਟੇ ਛੋਟੇ ਬੱਚੇ, ਤੁਸੀਂ ਵੀ ਖੁਦ ਹੋਇਆ ਨਾ ਟੀਚਰ, ਕੋਈ ਬੱਚਾ ਹੋਵੇ ਚਾਹੇ ਵੱਡਾ, ਪਰ ਜਿੰਨਾ ਗੰਦਾ ਪਾਣੀ ਇੱਥੇ ਹੈਗਾ, ਬਦਬੂ ਆ ਰਹੀ, ਤਾਂ ਇਹਨਾਂ ਬਿਮਾਰੀ ਤਾਂ ਕਿਸੇ ਤਰ੍ਹਾਂ ਦੀ ਵੱਡੀ ਕੋਈ ਵੀ ਲੱਗ ਸਕਦੀ? ਹਾਂਜੀ ਸਰ, ਬਿਮਾਰੀ ਦਾ ਵੀ ਖਤਰਾ ਹੈ, ਸਾਨੂੰ ਵੀ ਖਤਰਾ ਹੈ, ਪਿੰਡ ਵਾਲਿਆਂ ਨੂੰ ਵੀ ਜ਼ਿਆਦਾ ਖਤਰਾ, ਬੱਚਿਆਂ ਨੂੰ ਵੀ। ਹਾਂਜੀ, ਹਾਲਾਤ ਬਹੁਤ ਮਾੜੇ ਨੇ ਇਹ ਲੋਕਾਂ ਦੇ, ਕਹਿੰਦੇ ਸਕੂਲ ਦੇ ਬਹੁਤ ਹਾਲਾਤ ਮਾੜੇ ਨੇ, ਟੀਚਰ ਵੀ ਵਧੀਆ ਹੈਗੇ ਆ, ਸਟਰੈਂਥ ਵੀ ਹੈਗੀ ਆ, ਪਰ ਸਕੂਲ ਦੇ ਜਿਹੜੇ ਹਾਲਾਤਾਂ ਦੀ, ਇੰਨੇ ਕੁ ਹਾਲਾਤ ਮਾੜੇ ਹੋ ਚੁੱਕੇ, ਸਾਨੂੰ ਇੱਦਾਂ ਲੱਗ ਰਿਹਾ ਬੱਚੇ ਹਟਾਉਣੇ ਪੈਣੇ ਆ ਹੁਣ ਤੋਂ। ਨਹੀਂ ਸਰ, ਅਸੀਂ ਤਾਂ ਇਹ ਡਿਪਾਰਟਮੈਂਟ ਤੋਂ ਡਿਮਾਂਡ ਕਰਦੇ ਹਾਂ ਕਿ ਸਾਡੀ ਇਹ ਸਮੱਸਿਆ ਦਾ ਹੱਲ ਕੀਤਾ ਜਾਵੇ, ਤਾਂ ਕਿ ਸਾਡੇ ਬੱਚੇ ਸਾਡੇ ਸਕੂਲ ਨੂੰ ਛੱਡ ਕੇ ਨਾ ਜਾਣ, ਸਾਡੇ ਬੱਚੇ ਇੱਥੇ ਹੀ ਰਹਿਣ, ਸਾਡੇ ਕੋਲ ਪੜ੍ਹਾਈ ਕਰਾਉਣ। ਜੀ, ਅਤੇ ਪੰਜਾਬ ਸਰਕਾਰ ਜਿਹੜੀ ਇਸ ਵੇਲੇ ਮੁੱਖ ਮੰਤਰੀ ਸਾਹਿਬ ਆ, ਸਮਾਰਟ ਐਜੂਕੇ ਸਕੂਲ ਵੱਲ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ, ਲੱਗਦਾ ਨਾ ਤੁਹਾਡੇ ਸਕੂਲ ਨੂੰ ਜਿਹੜਾ ਇਸ ਤਰੀਕੇ ਨਾਲ ਤਿਆਰ ਕਰਨਾ ਚਾਹੀਦਾ, ਇਸ ਤਰੀਕੇ ਨਾਲ ਇਹਨੂੰ ਬਣਾਉਣਾ ਚਾਹੀਦਾ, ਤਾਂ ਜੋ ਇੱਦਾਂ ਦੀ ਦਿੱਕਤ ਪਰੇਸ਼ਾਨੀ ਨਾ। ਹਾਂਜੀ, ਥੋੜ੍ਹੀ ਜਿਹੀ ਉੱਚੀ ਕਰਕੇ ਬਿਲਡਿੰਗ ਬਣਾਉਣ ਸਾਡੀ, ਹੈ ਨਾ, ਅਤੇ ਵਧੀਆ। ਵੈਸੇ ਤਾਂ ਅਸੀਂ ਆਪਣੇ ਰੂਮ ਵਿੱਚ ਸਾਰੀ ਜੋ ਵੀ ਹੈ ਆਪਣੇ ਆਪ ਕੀਤੀ ਹੈ, ਪੇਂਟਿੰਗ ਵਗੈਰਾ ਸਾਰੀ ਆਪਣੇ ਆਪ ਕੀਤੀ ਹੈ। ਹਾਂਜੀ, ਸਕੂਲ ਦੀਆਂ ਮੈਂ ਹਰ ਚੀਜ਼ ਸਕੂਲ ਦੇ ਵਿੱਚ ਹੈਗੀ, ਪ੍ਰੋਜੈਕਟਰ ਵੀ ਹੈਗੇ, ਹਾਂਜੀ ਸਾਰਾ ਕੁਛ ਹੈ, ਹਰ ਚੀਜ਼ ਮਸ਼ੀਨਰੀ ਜੋ ਵੀ ਇਕਵਿਪਮੈਂਟ ਚਾਹੀਦੇ ਸਕੂਲ ਦੇ, ਹਰ ਚੀਜ਼ ਹੈਗੀ, ਪਰ ਉਹ ਫਾਇਦਾ ਕੀ ਜੇਕਰ ਬੱਚੇ, ਹਾਂਜੀ ਜੇ ਕਲਾਸਰੂਮ ਵਿੱਚ ਬੈਠ ਕੇ ਆਪਣੇ ਪੂਰੇ ਸਹੀ ਤਰੀਕੇ ਨਾਲ ਪੜ੍ਹਾਈ ਨਾ ਕਰ ਸਕਣ ਤਾਂ ਫਾਇਦਾ ਕੀ ਹੈ ਫਿਰ? ਅਸੀਂ ਇਹੀ ਡਿਮਾਂਡ ਕਰਦੇ ਹਾਂ ਕਿ ਸਾਡੀ ਸਕੂਲ ਦੀ ਹੱਲ ਸਮੱਸਿਆ ਹੱਲ ਕੀਤੀ ਜਾਵੇ, ਅਤੇ ਸਾਡੇ ਸਕੂਲ ਨੂੰ ਚੰਗੀ ਜਿਹੀ ਬਿਲਡਿੰਗ ਬਣਾ ਕੇ ਦਿੱਤੀ ਜਾਵੇ, ਤਾਂ ਕਿ ਬੱਚੇ ਆਪਣੇ ਕਲਾਸਰੂਮ ਵਿੱਚ ਬੈਠ ਕੇ ਸਮਾਰਟ ਰੂਮ ਦੀ ਫਾਇਦਾ ਲੈ ਸਕਣ। ਇਹ ਬਹੁਤ ਬਹੁਤ ਟਾਈਮ 'ਤੇ ਹੈ ਅਤੇ ਸੁਣਵਾਈ ਕੋਈ ਕਰਦਾ ਨਹੀਂ ਹੈ, ਅਸੀਂ ਤਾਂ ਬਹੁਤ ਤੰਗ ਆਏ ਪਏ ਹਾਂ, ਸਾਡੇ ਬੱਚਿਆਂ ਦਾ ਭਵਿੱਖ ਖਰਾਬ ਹੁੰਦਾ ਪਿਆ, ਦਿੱਕਤ ਹੈ। ਅਸੀਂ ਤਾਂ ਕਈ ਵਾਰ ਐਪਲੀਕੇਸ਼ਨਾਂ ਦਿੰਦੇ ਸੀਗੀਆਂ ਕਿ ਦੇਖੋ ਸਾਡੇ ਸਕੂਲ ਦੇ ਹਾਲਾਤ ਦੇਖੋ, ਸਾਡੇ ਪੂਰੇ ਬੱਚਿਆਂ ਦਾ ਭਵਿੱਖ ਖਰਾਬ ਹੈ, ਕੋਈ ਨਹੀਂ ਆਉਂਦਾ, ਅਤੇ ਅਸੀਂ ਤਾਂ ਕਾਫੀ ਸਮੱਸਿਆ ਦਾ ਹੱਲ ਹੋਵੇ ਤੇ ਪੂਰੇ ਪਿੰਡ ਨੂੰ ਇਸ ਪਾਣੀ ਦੇ ਰਾਹੀਂ ਮਿਲੇ, ਤੇ ਸਾਡੇ ਬੱਚਿਆਂ ਦਾ ਉਹ ਹੋਵੇ ਕਿ ਕਈ ਬਿਮਾਰੀਆਂ ਫੈਲ ਸਕਦੀਆਂ ਸਾਡੇ ਬੱਚਿਆਂ ਨੂੰ ਪਾਣੀ ਕਰਕੇ, ਕਿ ਹਰ ਤਰਫ ਦੀਆਂ ਜਿੱਦਾਂ ਕਿ ਡੇਂਗੂ ਹੋ ਗਿਆ, ਇਹ ਹੋ ਗਿਆ, ਅਤੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਹੀ ਮੰਗ ਹੈ ਕਿ ਸਾਨੂੰ ਇਹਨੂੰ ਸਕੂਲ ਨੂੰ ਠੀਕ ਕੀਤਾ ਜਾਵੇ।